ਆਥਣ ਦਾ ਤਾਰਾ ਜਦੋਂ ਅੰਬਰਾਂ ਤੇ ਚੜੇਗਾ, ਪਰਦੇਸ ਵਸਣ ਵਾਲਿਆ ਵੇ ਤੈਨੂੰ ਯਾਦ ਕੋਈ ਕਰੇ। ਤੂੰ ਉਸ ਪਰਦੇਸ ਤੁਰ ਗਿਓ ਸੱਜਣਾ, ਤੂੰ ਉਸ ਪਰਦੇਸ ਤੁਰ ਗਿਓ ਮਿੱਤਰਾ, ਜਿੱਥੋਂ ਜਿੱਥੇ ਕੋਈ ਜਾ ਕੇ ਵਾਪਸ ਨਹੀਂ ਆਉਂਦਾ। ਜੀ ਹਾਂ ਦੋਸਤੋ, ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਸਲਾਮ ਅਰਜ਼ ਕਰਦੇ ਹਾਂ। ਇਹ ਬੋਲ ਮੈਂ ਉਸ ਫਨਕਾਰ ਨੂੰ ਕਹੇ, ਮੈਂ ਉਸ ਕਲਾਕਾਰ ਨੂੰ, ਉਸ ਸਿੰਗਰ ਨੂੰ ਕਹੇ ਜਿਹੜਾ 17 ਨਵੰਬਰ ਸਵੇਰੇ 7 ਵਜੇ ਦਿਲ ਦੇ ਦੌਰੇ ਨਾਲ ਅਕਾਲ ਚਲਾਣਾ ਕਰ ਗਿਆ। ਸਾਡੇ ਸਭ ਦਾ ਹਰਮਨ ਪਿਆਰਾ, ਬਹੁਤ ਹੀ ਪਿਆਰਾ ਗੀਤ ਗਾਉਣ ਵਾਲਾ, ਔਰ ਸਾਡੇ ਆਵਾਮ ਨੂੰ, ਸਾਡੀ ਪੰਜਾਬੀ ਕੌਮ ਨੂੰ ਪਿਆਰੇ ਪਿਆਰੇ ਸਾਫ਼ ਸੁਥਰੇ ਗੀਤ ਗਾਉਣ ਵਾਲਾ, ਲੰਮੀ ਹੇਕ ਅਤੇ ਉੱਚੇ ਸੁਰਾਂ 'ਚ ਗਾਉਣ ਵਾਲਾ ਸੁਰਜੀਤ ਬਿੰਦ ਰੱਖੀਆ, ਜੋ ਕਿ ਅੱਜ ਸਾਡੇ ਵਿਚਕਾਰ ਨਹੀਂ ਹੈ। ਅਸੀਂ ਅੱਜ ਇਸ ਪ੍ਰੋਗਰਾਮ ਦੇ ਜ਼ਰੀਏ ਇੱਕ ਛੋਟੀ ਜਿਹੀ ਸ਼ਰਧਾਂਜਲੀ ਉਹਨਾਂ ਨੂੰ ਪੇਂਟ ਕਰਾਂਗੇ, ਔਰ ਅਸੀਂ ਇੱਥੇ ਦੁਆ ਵੀ ਕਰਾਂਗੇ ਉਹਨਾਂ ਦੇ ਪਰਿਵਾਰ ਲਈ, ਉਹਨਾਂ ਦੇ ਬੱਚਿਆਂ ਲਈ, ਕਿ ਪਰਮਾਤਮਾ ਉਹਨਾਂ ਨੂੰ ਹੌਸਲਾ ਬਖਸ਼ੇ ਅਤੇ ਰੱਬ ਦਾ ਭਾਣਾ ਮੰਨਣ ਦਾ ਬਲ ਬਖਸ਼ੇ। ਜੀ ਹਾਂ ਦੋਸਤੋ, ਸੁਰਜੀਤ ਬਿੰਦ ਰੱਖੀਆ ਇੱਕ ਐਸਾ ਫਨਕਾਰ, ਇੱਕ ਐਸਾ ਗਾਇਕ ਕਲਾਕਾਰ ਜਿਨ੍ਹਾਂ ਨੇ ਪਿਛਲੇ ਕੁਛ ਸਾਲਾਂ ਤੋਂ ਹਜ਼ਾਰਾਂ ਹੀ ਗੀਤ ਸਾਡੀ ਪੰਜਾਬੀ ਕੌਮ ਨੂੰ ਦਿੱਤੇ। ਉਹਨਾਂ ਨੇ ਧਾਰਮਿਕ ਗੀਤ ਵੀ ਗਾਏ, ਉਹਨਾਂ ਨੇ ਪੰਜਾਬੀ ਫਿਲਮਾਂ ਦੇ ਵਿੱਚ ਵੀ ਗੀਤ ਗਾਏ। ਅੱਜ ਅਸੀਂ ਇੱਥੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ ਹਾਂ। ਮੈਂ ਚਾਹਾਂਗਾ ਕਿ ਥੋੜ੍ਹੀ ਦੇਰ ਲਈ ਤੁਸੀਂ ਮੇਰਾ ਸਾਥ ਦਿਓ। ਇੱਕ ਦੌਲਤਮੰਦ ਇਨਸਾਨ ਜਦੋਂ ਇਸ ਦੁਨੀਆ 'ਚੋਂ ਜਾਂਦਾ ਹੈ, ਭਾਵੇਂ ਉਹ ਕਿਸੇ ਵੀ ਉਮਰ 'ਚੋਂ ਜਾਵੇ ਇਸ ਦੁਨੀਆ ਨੂੰ ਛੱਡ ਕੇ, ਉਹ ਆਪਣੇ ਪਿੱਛੇ ਆਪਣੀ ਜਾਇਦਾਦ, ਆਪਣੀ ਦੌਲਤ, ਆਪਣੀਆਂ ਜਾਗੀਰਾਂ ਛੱਡ ਜਾਂਦਾ ਹੈ, ਜਿਹੜੀ ਕਿ ਉਹਦੇ ਔਲਾਦ ਲਈ ਜਾਂ ਉਹਦੇ ਭੈਣ ਭਰਾਵਾਂ ਲਈ ਕੰਮ ਆਉਂਦੀ ਹੈ। ਇੱਕ ਫਨਕਾਰ ਜਦੋਂ ਜਾਂਦਾ ਹੈ ਇਸ ਦੁਨੀਆ ਤੋਂ, ਇੱਕ ਕਲਾਕਾਰ ਜਾਂ ਕੋਈ ਰਾਈਟਰ ਹੈ, ਕਿਸੇ ਵੀ ਫਨ ਦੇ ਨਾਲ ਵਾਬਸਤਾ, ਜਦੋਂ ਉਹ ਜਾਂਦਾ ਹੈ ਤਾਂ ਉਹ ਆਪਣਾ ਫਨ, ਆਪਣੀਆਂ ਯਾਦਾਂ ਪੂਰੀ ਆਵਾਮ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਛੱਡ ਕੇ ਜਾਂਦਾ। ਇਸੇ ਕਰਕੇ ਤਾਂ ਕਹਿੰਦੇ ਹਾਂ ਕਿ ਹਰ ਬੰਦਾ ਫਨਕਾਰ ਨਹੀਂ ਹੈ, ਫਨ ਉਸ ਨੂੰ ਪਰਮਾਤਮਾ ਦਿੰਦਾ ਹੈ ਜਿਹਦੇ 'ਤੇ ਉਹਦੀ ਬਖਸ਼ਿਸ਼ ਹੋਵੇ। ਅੱਜ ਅਸੀਂ ਉਸ ਕਲਾਕਾਰ ਦੀ ਗੱਲਬਾਤ ਕਰ ਰਹੇ ਹਾਂ, ਜਦੋਂ ਸਾਨੂੰ ਇਹ ਪਤਾ ਲੱਗਾ 17 ਨਵੰਬਰ ਸਵੇਰੇ 7 ਵਜੇ ਦਿਲ ਦੇ ਦੌਰੇ ਨਾਲ ਸੁਰਜੀਤ ਬਿੰਦ ਰੱਖੀਆ ਅਕਾਲ ਚਲਾਣਾ ਕਰ ਗਏ, ਪੰਜਾਬੀ ਕੌਮ ਨੂੰ ਨਹੀਂ ਬਲਕਿ ਹੋਰ ਦੂਸਰੇ ਲੋਕਾਂ ਨੂੰ ਵੀ ਇਸ ਚੀਜ਼ ਦਾ ਥੱਕਾ ਲੱਗਾ, ਦੁੱਖ ਲੱਗਾ। ਉਹਨਾਂ ਦੇ ਗਾਏ ਹੋਏ ਗੀਤ ਤੁਸੀਂ, ਹਜ਼ਾਰਾਂ ਗੀਤ ਅਸੀਂ ਮੈਂ ਗਿਣਨ ਲੱਗਾ ਅਤੇ ਤੁਸੀਂ ਪਹਿਚਾਣ ਸਕਦੇ ਹੋ, ਜਿਵੇਂ ਕਿ ਉਹਨਾਂ ਦਾ ਗੀਤ ਬੜਾ ਸੁਪਰ ਹਿੱਟ ਹੋਇਆ, ਦੁਪੱਟਾ ਤੇਰਾ ਸੱਤ ਰੰਗ ਦਾ। ਇਹ ਗੀਤ ਫਿਲਮਾਂ ਦੇ ਵਿੱਚ ਵੀ ਆਇਆ, ਔਰ ਇਹ ਗੀਤ ਬਹੁਤ ਸਾਰੇ ਆਰਟਿਸਟਾਂ ਨੇ ਆਪਣੇ ਆਪਣੇ ਸਟਾਈਲ ਨਾਲ, ਆਪਣੇ ਆਪਣੇ ਢੰਗ ਨਾਲ ਗਾਇਆ। ਸੁਰਜੀਤ ਬਿੰਦ ਰੱਖੀਆ ਰੋਪੜ, ਪੰਜਾਬ, ਜਿਹੜਾ ਮਤਲਬ ਪੰਜਾਬ ਦੇ ਵਿੱਚ ਇੱਕ ਸ਼ਹਿਰ ਹੈ ਰੋਪੜ, ਉੱਥੇ ਦਾ ਇੱਕ ਪਿੰਡ ਬਿੰਦ ਰੱਖ, ਉੱਥੇ ਦਾ ਰਹਿਣ ਵਾਲਾ ਸੀ। ਪਿੱਛੇ ਆਪਣੀ ਬੀਵੀ ਅਤੇ 2 ਬੱਚੇ ਛੱਡ ਕੇ ਗਏ ਨੇ। ਜਿੱਥੋਂ ਤੱਕ ਮੈਂ ਜਾਣਦਾ ਕਿ 4 ਭੈਣਾਂ ਦਾ ਇੱਕੋ ਭਰਾ ਸੀ, ਔਰ ਮੈਂ ਅੱਜ ਇੱਥੇ ਦੱਸਦੇ ਬੜੀ ਖੁਸ਼ੀ ਮਹਿਸੂਸ ਕਰਦਾ, ਮੈਨੂੰ ਫਖਰ ਮਹਿਸੂਸ ਹੁੰਦਾ ਕਿ ਮੈਂ ਇਸ ਸ਼ਖਸ ਨੂੰ ਬਹੁਤ ਕਰੀਬੀ ਤੋਂ ਮਤਲਬ ਜਾਣਦਾ। ਇਹਨਾਂ ਦੇ ਨਾਲ ਮੈਂ ਇੰਟਰਵਿਊ ਕੀਤੀ, ਕੁਛ ਮੁਲਾਕਾਤ ਦਾ ਹਿੱਸਾ ਥੋੜ੍ਹਾ ਜਿਹਾ ਤੁਹਾਡੀ ਨਜ਼ਰ ਕਰਾਂਗਾ। ਵੈਸੇ ਹੈ ਤਾਂ ਬਹੁਤ ਚਿਰ ਪੁਰਾਣੀ, ਲੇਕਿਨ ਥੋੜ੍ਹੀਆਂ ਜਿਹੀਆਂ ਗੱਲਾਂ ਬਾਤਾਂ ਮੈਂ ਤੁਹਾਨੂੰ ਇਹਨਾਂ ਦੀਆਂ ਸੁਣਾਵਾਂਗਾ। ਤੁਹਾਡਾ, ਤੁਸੀਂ ਇੱਕ ਜੁਗਨੀ ਗਾਈ, ਜੁਗਨੀ ਹਰ ਆਰਟਿਸਟ ਨੇ ਗਾਈ ਹੈ ਬਿਲਕੁਲ, ਔਰ ਜੁਗਨੀ ਗਾਉਣਾ ਇੱਕ ਬਹੁਤ ਮੁਸ਼ਕਿਲ ਕੰਮ ਹੈ, ਮੁਸ਼ਕਿਲ ਕੰਮ ਜੀ, ਜਿਹਦੀ ਹਿੱਕ ਦੇ ਵਿੱਚ ਦਮ ਹੈ ਉਹੀ ਜੁਗਨੀ ਗਾਵੇ ਜੀ, ਔਰ ਜੁਗਨੀ ਤੁਸੀਂ ਬਹੁਤ ਪਿਆਰ ਨਾਲ ਔਰ ਬੜੇ ਜੋਸ਼ ਨਾਲ ਗਾਈ ਹੈ, ਹੋਰ ਵੀ ਆਰਟਿਸਟਾਂ ਨੇ ਗਾਈ ਹੈ। ਜੁਗਨੀ ਤੋਂ ਸਾਨੂੰ ਇਹ ਪਤਾ ਲੱਗਿਆ ਕਿ ਤੁਹਾਨੂੰ ਮਤਲਬ ਗਿਨੀਜ਼ ਬੁੱਕ ਦੇ ਵਿੱਚ ਤੁਹਾਨੂੰ ਮਤਲਬ ਇਸ ਜੁਗਨੀ ਦਾ ਜ਼ਿਕਰ ਹੋਇਆ, ਇਹਦੇ ਪਿੱਛੇ ਕੀ ਰਾਜ਼ ਥੋੜ੍ਹਾ ਦੱਸੋ। ਭਾਈ ਸਾਨੂੰ ਵੀ ਨਹੀਂ ਸੀ ਪਤਾ ਕਿ ਇਹ ਇੰਨਾ ਡੀਪਲੀ ਲਿਆ ਜਾਏਗਾ, ਕਿਉਂਕਿ ਉਹਦੇ ਜਿਹੜਾ ਅਲਾਪ ਹੇ ਕਹਿ ਦਈਏ ਜਿਹਨੂੰ ਆਪਾਂ, ਉਹ ਮੈਂ 28 ਸਕਿੰਟ ਦੀ ਕੈਰੀ ਓਨ ਲਾਈ ਸੀ, ਤੇ ਸਾਨੂੰ ਨਹੀਂ ਸੀ ਪਤਾ ਵੀ ਇਹ ਸਾਲ ਹੋ ਗਿਆ ਸੀ, ਕਿਸ ਟਾਈਮ ਨੂੰ 1.5 ਸਾਲ ਹੋ ਗਿਆ ਸੀ, ਉਸ ਤੋਂ ਬਾਅਦ ਇਹ ਮੈਨੂੰ ਆਫਰ ਆਏਗੀ, ਪਰ ਮੈਂ ਲੱਕੀ ਸਮਝਦਾ ਆਪਦੇ ਆਪ ਨੂੰ। ਇਹਦਾ ਮਤਲਬ ਇਹ ਸਭ ਤੋਂ ਲੰਬੀ ਹੇਕ ਸੀਗੀ? ਹਾਂਜੀ, ਸਭ ਤੋਂ ਮਤਲਬ ਜੈਂਟਸ ਜਿਹੜੇ ਉਹਦੇ ਲੰਬੀ, ਕਿਉਂਕਿ ਅੱਜ ਕੱਲ੍ਹ ਇੰਨੀ ਪ੍ਰੈਕਟਿਸ ਹੋ ਗਈ ਦਲਜੀਤ ਭਾਜੀ, ਹੁਣ ਮੈਂ ਜਿਹੜੀ ਮਤਲਬ ਸਟੇਜ 'ਤੇ ਹੇਕ ਲਾ ਰਿਹਾ ਉਹ 34 ਸੈਕਿੰਡ ਦੀ, ਕਿਉਂਕਿ ਰਹਿਮਤ
ਪਰਮਾਤਮਾ ਦੀ ਹੈ। ਕੀ ਬਾਤ ਹੈ। ਤੇ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਜਿਹੜੇ ਸਰੋਤੇ ਸਾਡੇ ਇੰਨਾ ਪਿਆਰ ਦਿੰਦੇ ਨੇ, ਗੱਲ ਨਾਲ ਲਾਉਂਦੇ ਨੇ। ਉਸ ਤੋਂ ਬਾਅਦ ਦੁਪੱਟੇ ਨੇ ਤਾਂ ਗੱਲ ਹੀ ਅੱਗੇ ਤੋਰ ਦਿੱਤੀ। ਫਿਕਰ ਸੀ ਬਹੁਤ ਵੀ ਦੁਪੱਟੇ ਤੋਂ ਅੱਗੇ ਸਰੋਤਿਆਂ ਦੇ ਸਨਮੁਖ ਕੀ ਰੱਖੀਏ, ਬਿਲਕੁਲ, ਕਿਉਂਕਿ ਨਹੀਂ ਬਖਸ਼ਦੇ ਕਿਸੇ ਨੂੰ। ਪਰ ਪਰਮਾਤਮਾ ਨੇ ਇਹ ਵੀ ਗਿਲਾ ਦੂਰ ਕਰਤਾ, ਉਹ ਤੁਹਾਡੇ ਸਾਹਮਣੇ ਹੈ, ਮੁਖੜੇ ਨੇ ਕਰਤਾ। ਹਾਏ ਹਾਏ ਹਾਏ, ਕੀ ਬਾਤ ਹੈ, ਜਿਉਂਦੇ ਰਹੋ ਸੁਰਜੀਤ ਜੀ। ਹਰ ਇਨਸਾਨ, ਹਰ ਕਲਾਕਾਰ, ਹਰ ਆਰਟਿਸਟ, ਭਾਵੇਂ ਉਹ ਕਿਸੇ ਵੀ ਤਰ੍ਹਾਂ ਦਾ ਆਰਟਿਸਟ ਹੈ, ਸੰਗੀਤ ਪੱਖੋਂ ਨਹੀਂ ਕਹਿ ਰਿਹਾ ਮੈਂ, ਕਿਸੇ ਤਰ੍ਹਾਂ ਦੇ ਆਰਟਿਸਟ, ਉਹਦੀ ਜ਼ਿੰਦਗੀ ਵਿੱਚ ਇੱਕ ਐਸਾ ਵਾਕਿਆ ਗੁਜ਼ਰਿਆ ਹੁੰਦਾ, ਉਹਨੇ ਮੁਹੱਬਤ ਕੀਤੀ ਹੁੰਦੀ ਹੈ। ਹਾਂਜੀ, ਔਰ ਇਹ ਸਵਾਲ ਮੈਂ ਇਸ ਕਰਕੇ ਕਰ ਰਿਹਾ ਕਿ ਤੁਸੀਂ ਬਹੁਤ ਹੀ, ਤੁਹਾਡਾ ਚੰਨ ਵਰਗਾ ਮੁਖੜਾ ਵੇਖ ਕੇ ਔਰ ਤੁਹਾਡਾ ਰੂਪ ਵੇਖ ਕੇ, ਕਿਉਂਕਿ ਮੇਰੇ ਵੀਰ ਨੂੰ ਤੁਸੀਂ ਛੋਟੇ ਹੋ ਵੈਸੇ, ਮੈਂ ਇਸ ਕਰਕੇ ਕਰ ਰਿਹਾ ਕਿ ਕਾਲਜ ਟਾਈਮ ਜਾਂ ਯੂਨੀਵਰਸਿਟੀ ਟਾਈਮ ਦੇ ਵਿੱਚ ਜਾਂ ਸਕੂਲ ਟਾਈਮ ਦੇ ਵਿੱਚ ਕੋਈ ਐਸਾ ਚੱਕਰ ਚੁੱਕੋ। ਭਾਜੀ ਬਹੁਤ ਵਧੀਆ ਗੱਲ ਕਰੀ ਵੈਸੇ ਤੁਸੀਂ, ਬਹੁਤ ਵਧੀਆ ਗੱਲ ਕਰੀ ਹੈ ਦਲਜੀਤ ਭਾਜੀ। ਇਹ ਵੀ ਮੈਂ ਕਲੀਅਰ ਕਰਦਾ, ਕਿਉਂਕਿ ਅਕਸਰ ਜਿਹੜੇ ਬੰਦੇ ਨੇ ਜ਼ਿੰਦਗੀ 'ਚ ਪਿਆਰ ਨਹੀਂ ਨਾ ਕੀਤਾ, ਉਹਨੂੰ ਪਤਾ ਹੀ ਨਹੀਂ ਪਿਆਰ ਹੁੰਦਾ ਕੀ, ਉਹਨੂੰ ਸੁਣਦਾ ਵੀ ਨਹੀਂ ਫਿਰ ਪਤਾ ਲੱਗਦਾ, ਨਹੀਂ ਪਤਾ ਲੱਗਦਾ ਭਾਜੀ, ਉਹਨੂੰ ਗਾਣੇ ਦਾ ਵੀ ਨਹੀਂ ਪਤਾ ਲੱਗਦਾ। ਜਿਹੜੇ ਦਿਲੋਂ ਮਤਲਬ ਅਰਮਾਨ ਨਿਕਲਣੇ ਨੇ, ਕਿਉਂਕਿ ਮੇਰੀ ਵਾਈਫ ਹੈ ਜਿਹੜੀ ਮੇਰੀ ਲਵ ਮੈਰਿਜ ਹੈ। ਅੱਛਾ ਜੀ, ਪ੍ਰੀਤ ਵੈਸੇ ਅਕਸਰ ਗਾਣੇ 'ਚ ਵੀ ਮੇਰਾ ਚੋਣ, ਮੈਂ ਸੁਣਿਆ। ਹਾਂਜੀ ਹਾਂਜੀ, ਪ੍ਰੀਤ ਮੇਰੀ ਵਾਈਫ ਹੈ, ਮੇਰੀ ਸਾਡੀ ਲਵ ਮੈਰਿਜ ਹੈ, ਕਿਉਂਕਿ ਅੰਦਰੋਂ ਅੰਤਸਕਰਮ ਸੇ ਉਦੋਂ ਹੀ ਹੂ ਘੁੜਦੀ ਹੈ ਜਦੋਂ ਦਿਲ ਲੱਗੀ ਹੋਵੇ। ਹਾਏ 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 ਹਾਏ, ਤੇ ਬਹੁਤ ਸੈਟਾਂ ਸਾਡਾ ਪਰਿਵਾਰ, ਦੋ ਮੇਰੇ ਬੱਚੇ ਨੇ, ਬੇਟਾ ਗੀਤਾਸ ਤੇ ਬਿਟੀਆ ਮਿਨਾਸ, ਦੋਨੇ ਚੰਡੀਗੜ੍ਹ ਪੜ੍ਹਦੇ ਨੇ ਭਾਜੀ। ਜਿਹੜਾ ਸਕੂਨ, ਜਿਹੜੀ ਕਿੰਨੀ ਉਮਰ ਦਾ ਬੇਟਾ ਮੇਰਾ, 8 ਸਾਲ ਦਾ ਮਿਹਨਤ ਕਰਾਈ ਹੈ, ਪਰ ਨਹੀਂ ਕੀ ਹੋਣਾ ਸੀ ਜੋ ਪਰਮਾਤਮਾ ਨੂੰ ਮਨਜ਼ੂਰ ਸੀ, ਕਿਉਂਕਿ ਮੈਂ ਗੌਰ 'ਚ ਬਹੁਤ ਵਿਸ਼ਵਾਸ ਰੱਖਦਾ, ਗੁਰਬਾਣੀ 'ਚ ਬਹੁਤ ਲਗਾਉ ਮੇਰਾ, ਕਿਉਂਕਿ ਮੈਂ ਉਹਨੂੰ ਸਾਰਾ ਕੁਛ ਆਪਦਾ ਸਾਰਾ ਕੁਛ ਗੁਰਬਾਣੀ ਨੂੰ ਸਮਝਦਾ। ਬਿਲਕੁਲ ਬਿਲਕੁਲ। ਕਦੀ ਕਿਸੇ ਚੀਜ਼ ਨੂੰ ਤੁਸੀਂ ਮਿਸ ਕਰਦੇ ਆ ਕਿ ਆਹ ਵੀ ਚੀਜ਼ ਮੇਰੇ ਕੋਲ ਹੁੰਦੀ ਅੱਜ? ਵੈਸੇ ਤਾਂ ਪਰਮਾਤਮਾ ਨੇ ਤੁਹਾਨੂੰ ਸਭ ਕੁਝ ਦਿੱਤਾ ਹੈ ਭਾਜੀ। ਦੇਖੋ, ਮੈਂ ਤੁਹਾਨੂੰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਦਾ, ਇਨਸਾਨ ਦੀ ਤ੍ਰਿਪਤੀ ਕਦੀ ਨਹੀਂ ਹੋ ਸਕਦੀ, ਪੂਰੀ ਨਹੀਂ ਹੁੰਦੀ, ਕਿਉਂਕਿ ਉਮਰ ਬੀਤ ਜਾਂਦੀ ਹੈ, ਬੰਦਾ ਚਲੇ ਜਾਂਦਾ, ਫਿਰ ਵੀ ਨਹੀਂ ਹੁੰਦੀ। ਪਰ ਇਹਦੇ ਨਾਲ ਜਿਹੜਾ ਪਰਮਾਤਮਾ ਨੇ ਦਿੱਤਾ ਉਹਦੇ 'ਚ ਹੀ ਸੈਟਿਸਫੈਕਸ਼ਨ, ਉਹਦੇ 'ਚ ਖੁਸ਼ ਰਹੀਏ, ਉਹਦਾ ਸ਼ੁਕਰ ਕਰੀਏ, ਜਿਹੜਾ ਕੁਛ ਉਹਨੇ ਬਖਸ਼ਿਆ ਉਹਦੇ 'ਚ ਆਨੰਦ ਲਈਏ, ਉਹਨੂੰ ਨਾ ਭੁੱਲੀਏ। ਕੀ ਬਾਤ। ਸਾਂਝਾ ਪੰਜਾਬ ਪ੍ਰੋਗਰਾਮ ਵੇਖਣ ਵਾਲੇ ਜਿਹੜੇ ਸਾਡੇ ਸਾਰੇ ਦਰਸ਼ਕ ਨੇ, ਇਹ ਜਾਣਨਾ ਚਾਹਣਗੇ ਕਿ ਗੀਤ ਤੋਂ, ਸੰਗੀਤ ਤੋਂ ਇਲਾਵਾ ਤੁਹਾਡੀ ਹੋਰ ਵੀ ਕੋਈ ਹੋਬੀ ਹੈ ਜਿਹੜਾ ਤੁਸੀਂ, ਮਤਲਬ ਇਹਦੇ ਤੋਂ ਇਲਾਵਾ ਹੋਰ ਕੀ ਤੁਸੀਂ ਕਰਦੇ ਹੋ? ਵੈਸੇ ਭਾਜੀ ਮੈਂ ਤੁਹਾਨੂੰ ਹੋਬੀ ਦੀ ਗੱਲ ਆ ਗਈ ਹੈ, ਮੈਂ ਜੰਮਿਆ ਪਲਿਆ ਪਿੰਡਾਂ 'ਚੋਂ ਹਾਂ, ਮੈਨੂੰ ਲਗਾਓ ਹੈ, ਹੁਣ ਵੀ ਭਾਵੇਂ ਮੈਂ ਸ਼ਹਿਰ 'ਚ ਰਹਿੰਦਾ ਪਰ ਮੈਨੂੰ ਉਦੋਂ ਤੱਕ ਸਕੂਨ ਨਹੀਂ ਮਿਲਦਾ ਜਦੋਂ ਤੱਕ ਮੈਂ ਘਰ ਜਾ ਕੇ ਟਰੈਕਟਰ 'ਤੇ ਨਾ ਬੈਠ ਜਾ। ਅਤੇ ਮੇਰੀ ਹੋਬੀ ਹੈ, ਜਦੋਂ ਤੱਕ ਮੈਂ ਭਾਵੇਂ ਬੰਦੇ ਕੰਮ ਕਰਦੇ ਨੇ ਪਰ ਮੈਨੂੰ ਉਦੋਂ ਤੱਕ ਆਨੰਦ ਨਜ਼ਾਰਾ ਨਹੀਂ ਜਦੋਂ ਤੱਕ ਮੈਂ ਆਪ ਖੁਦ ਆਪਣੇ ਹੱਥਾਂ ਨਾਲ ਲਗਾ। ਭਾਜੀ ਮੇਰੀ ਇਹੀ ਹੋਬੀ ਹੈ, ਅਤੇ ਆਪਦੀ ਔਕਾਤ ਆਪਦੇ ਵਿਰਸੇ ਨੂੰ ਕਦੇ ਨਾ ਭੁੱਲਾਂ, ਅਤੇ ਆਪਦੇ ਸਰੋਤਿਆਂ ਨੂੰ ਵੀ ਇਹੀ ਹੈ ਵੀ ਚੰਗਾ ਸੁਣੋ, ਵਧੀਆ ਸੁਣੋ, ਅਤੇ ਜਿਹੜਾ ਚਿਰਜੀਵੀ ਐਵਰ ਗ੍ਰੀਨ ਹੈ, ਇਹੀ ਮੇਰੀ ਰਿਕੁਐਸਟ ਹੈ, ਮੇਰੀ ਬੇਨਤੀ ਹੈ, ਤਾਂ ਕਿ ਸਾਨੂੰ ਵੀ ਆਨੰਦ ਆਵੇ, ਤੁਹਾਨੂੰ ਸੁਣਨ ਦਾ ਵੀ ਆਨੰਦ ਆਵੇ। ਵਾਹ ਵਾਹ ਭਾਜੀ, ਅੱਜ ਤੁਹਾਡੇ ਨਾਲ ਗੱਲਬਾਤ ਕਰਕੇ ਵਾਕਈ ਪੰਜਾਬ ਦੀ ਯਾਦ ਤਾਜ਼ਾ ਹੋਈ ਹੈ, ਔਰ ਹੋਣੀ ਵੀ ਚਾਹੀਦੀ ਹੈ, ਕਿਉਂਕਿ ਪੰਜਾਬ ਦੇ ਜਿਹੜੇ ਕਲਾਕਾਰ ਨੇ ਜਿਨ੍ਹਾਂ ਨੇ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਿਆ, ਤੁਸੀਂ ਅੱਜ ਉਹ ਹਰਿਆ ਭਰਿਆ ਖੇਤਾਂ ਦੀ ਯਾਦ ਕਰਵਾਈ ਹੈ ਔਰ ਉਹ ਖੁਸ਼ਬੂ ਦਿੱਤੀ ਆਪਣੇ ਵਤਨ ਦੀ, ਜਿਹੜੀ ਕਿ ਇੱਥੇ ਸਾਨੂੰ ਬਹੁਤ ਘੱਟ ਮਿਲਦੀ ਹੈ। ਤੁਹਾਡੇ ਬਹੁਤ ਧੰਨਵਾਦੀ ਹਾਂ, ਖਾਸ ਕਰ ਸਾਡੇ ਭਾਜੀ ਹਰਵਿੰਦਰ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤੁਹਾਨੂੰ ਇੱਥੇ ਸਟੂਡੀਓ ਵਿੱਚ ਲਿਆਂਦਾ। ਔਰ ਮੈਂ ਆਖਿਰ 'ਚ ਚਾਹਾਂਗਾ ਕਿ ਸਾਡੇ ਸਰੋਤਿਆਂ ਨੂੰ ਕੋਈ ਤੁਸੀਂ ਦੋ ਕੁ ਬੋਲ ਆਪਣੀ ਨਵੀਂ ਟੇਪ 'ਚੋਂ ਜਾਂ ਪੁਰਾਣੀ 'ਚੋਂ, ਜਿੱਦਾਂ ਵੀ, ਮੈਂ ਤੁਹਾਡਾ ਡਫਲੀ ਤਾਂ ਸਾਥ ਦਿੰਦਾ ਔਰ ਆਪਾਂ ਇਹਦੇ ਨਾਲ ਆਪਾਂ। ਹਾਂਜੀ ਭਾਜੀ, ਮੈਂ ਤੁਹਾਨੂੰ ਕੁਝ 17 ਸੌਣ ਤੋਂ ਪਹਿਲਾਂ ਮੈਂ ਤੁਹਾਡਾ ਦਲਜੀਤ ਭਾਜੀ ਅਤੇ ਤੁਹਾਡੇ ਪ੍ਰੋਗਰਾਮ ਦੇ ਸਾਰੇ ਮੈਂਬਰਾਂ ਅਤੇ ਸਾਂਝਾ ਪੰਜਾਬ ਪ੍ਰੋਗਰਾਮ ਅਤੇ ਇਹਨੂੰ ਸੁਣਨ ਵਾਲੇ ਸਰੋਤਿਆਂ ਦਾ ਤਹਿ ਦਿਲ ਸ਼ੁਕਰਗੁਜ਼ਾਰ ਹਾਂ, ਕਿਉਂਕਿ ਇੰਨੇ ਵਧੀਆ ਪ੍ਰੋਗਰਾਮ, ਇੰਨੇ ਅੱਛੇ ਅਤੇ ਸੁਚੱਜੇ ਪ੍ਰੋਗਰਾਮ ਘੱਟ ਸੁਣਨ ਨੂੰ ਮਿਲਦੇ ਨੇ। ਅਤੇ ਬਾਕੀ ਤੁਸੀਂ ਹੁਕਮ ਕੀਤਾ ਇੱਕ ਚੀਜ਼ ਨੂੰ, ਮੈਂ ਥੋੜ੍ਹੇ ਲਫ਼ਜ਼ ਤੁਹਾਨੂੰ ਬਿਲਕੁਲ, ਕਿਉਂਕਿ ਪੁਰਾਣੇ ਤਾਂ ਸੋਹਣੇ ਹੀ ਨੇ, ਠੀਕ ਹੈ, ਮੈਂ ਜੇ ਨਵਾਂ ਸੁਣਾਦਾ ਤਾਂ ਇਹਦੇ 'ਚ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਆਉਣ ਵਾਲੇ ਜਿਹੜੇ ਉਹਦੇ 'ਚ ਆ ਰਿਹਾ ਨਵੇਂ ਸਾਲ 'ਤੇ, ਅੱਛਾ, ਗੀਤ ਤੁਹਾਡੇ ਸਾਹਮਣੇ ਆਏਗਾ, ਉਹਦੇ 'ਚੋਂ ਚੰਨ ਮੈਂ ਰਿਕਾਰਡਿੰਗ ਕਰਕੇ ਆਇਆ ਸੀ, ਵੈਸੇ ਮੈਂ ਉਹਦੇ ਵੀਜ਼ਨ ਜਾ ਕੇ ਕਰ ਰਿਹਾ, ਸ਼ਮਸ਼ੇਰ ਸੰਧੂ ਜੀ ਦਾ ਲਿਖਿਆ ਗੀਤ ਹੈ, ਠੀਕ। ਜੀਦੇ ਹੋਠ ਕਿਹੜਾ ਮੁੰਡੇ ਤੇਰੇ ਨਾਲੀ ਨੀ, ਪੱਗ ਬੰਨਦਾ ਜਿਉਣੇ ਮੋੜ ਵਾਲੀ ਨੀ, ਜੀਦੀ ਪੱਚੀ
ਦੁਨੀਆ ਪਿੰਡਾਂ ਚ ਸਰਦਾਰੀ ਨੀ ਲਾਲੀ ਇਹੋ ਜਿਹੇ ਵੈਲੀ ਨਾਲ ਯਾਰੀ ਨੀ ਇਹ ਕਹਿੰਦੇ ਡੀਸੀ ਵੀ ਸਲੂਟ ਉਹਨੂੰ ਮਾਰਦਾ ਇਹ ਕਹਿੰਦੇ ਡੀਸੀ ਵੀ ਸਲੂਟ ਉਹਨੂੰ ਮਾਰਦਾ ਪੈਰਾਂ ਚ ਥਾਣੇਦਾਰ ਰੋਲਦਾ ਉਹ ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਜੀ ਹਾਂ ਇਹ ਮੁਲਾਕਾਤ ਸੀ ਜਿਹੜੀ ਅਸੀਂ ਇੱਥੇ ਸਟੂਡੀਓ ਦੇ ਵਿੱਚ ਹੀ ਉਹਨਾਂ ਦੇ ਨਾਲ ਕੀਤੀ ਇੱਥੇ ਬਹੁਤ ਸਾਰੇ ਪ੍ਰੋਗਰਾਮ ਕਰਕੇ ਗਏ ਉਹ ਮਤਲਬ ਪੂਰੇ ਵਰਲਡ ਦੇ ਵਿੱਚ ਉਹਨਾਂ ਨੇ ਸ਼ੋਅ ਕੀਤੇ ਨੇ ਆਪਣੇ ਫਨ ਦਾ ਡੰਕਾ ਵਜਾਇਆ ਉਹਨਾਂ ਨੇ ਹਰ ਮਤਲਬ ਮੁਲਕ ਦੇ ਵਿੱਚ ਸੁਰਜੀਤ ਦਿਨ ਰੱਖਿਆ ਮੈਨੂੰ ਯਾਦ ਹੈ ਕਿ ਪਿਛਲੇ ਸਾਲ ਡੇਢ ਸਾਲ ਦੀ ਗੱਲ ਹੈ ਇੱਥੇ ਲੈਸਟਰ ਵਿਖੇ ਇੱਕ ਸ਼ੋਅ ਕੀਤਾ ਉਹਨਾਂ ਨੇ ਸਟਾਰਲਾਈਟ ਦੇ ਵਿੱਚ ਔਰ ਉਹ ਸ਼ੋਅ ਮੈਨੂੰ ਕੰਪੇਅਰ ਕਰਨ ਦਾ ਮੈਨੂੰ ਮੌਕਾ ਮਿਲਿਆ ਉਹਨਾਂ ਨੂੰ ਇੰਟਰੋਡਿਊਸ ਕਰਨ ਦਾ ਮੈਨੂੰ ਮੌਕਾ ਮਿਲਿਆ ਸਟੇਜ ਦੇ ਉੱਤੇ ਕੁਛ ਗੱਲਾਂ ਬਾਤਾਂ ਸਾਂਝੀਆਂ ਹੋਈਆਂ ਮੈਂ ਚਾਹਾਂਗਾ ਹਾਲੇ ਤੱਕ ਉਹ ਅਸੀਂ ਪ੍ਰੋਗਰਾਮ ਦਿਖਾਇਆ ਨਹੀਂ ਇਸ ਚੈਨਲ ਤੋਂ ਔਰ ਨਾ ਹੀ ਤੁਸੀਂ ਦੇਖਿਆ ਹੋਣਾ ਮੈਂ ਚਾਹਾਂਗਾ ਕੁਛ ਝਲਕੀਆਂ ਉਸ ਪ੍ਰੋਗਰਾਮ ਦੀਆਂ ਤੁਹਾਨੂੰ ਇੰਤਜ਼ਾਰ ਹੋਏਗਾ ਉਸ ਫਨਕਾਰ ਦਾ ਉਸ ਕਲਾਕਾਰ ਦਾ ਜੋ ਕਿ ਪੰਜਾਬ ਦੀ ਧਰਤੀ ਤੋਂ ਇੱਥੇ ਤਸ਼ਰੀਫ ਲਿਆਇਆ ਹਿੰਦੁਸਤਾਨ ਤੋਂ ਇੱਥੇ ਆਇਆ ਪਤਾ ਨਹੀਂ ਤੁਸੀਂ ਪਿਛਲੇ ਹਫ਼ਤੇ ਪਿਛਲੇ ਸੈਟਰਡੇ MA TV ਤੋਂ ਉਹਨਾਂ ਦੀ ਇੰਟਰਵਿਊ ਸੁਣੀ ਹੋਣੀ ਹੈ ਮੈਂ ਇੱਕ ਉਹਨਾਂ ਨੂੰ ਸਵਾਲ ਕੀਤਾ ਸੀਗਾ ਕਿ ਭਾਅ ਜੀ ਅਗਰ ਤੁਸੀਂ ਸੁਰਜੀਤ ਬਿੰਦ ਰੱਖੀਆ ਨਾ ਸਿੰਗਰ ਨਾ ਹੁੰਦੇ ਤਾਂ ਹੋਰ ਕੀ ਹੁੰਦੇ ਅਤੇ ਉਹਨਾਂ ਨੇ ਮੈਨੂੰ ਕਿਹਾ ਸੀ ਮੈਂ ਫਿਰ ਭਲਵਾਨ ਹੋਣਾ ਸੀ ਮੈਂ ਕਿਹਾ ਭਲਵਾਨਾਂ ਵਾਲਾ ਸਰੀਰ ਨਹੀਂ ਹੈ ਤੁਹਾਡਾ ਇਹ ਵੀਰਾਂ ਦਾ ਸ਼ੁਗਲ ਸੀਗਾ ਸਾਡਾ ਦੋਸਤੋ ਮੈਂ ਉਸ ਫਨਕਾਰ ਨੂੰ ਉਸ ਕਲਾਕਾਰ ਨੂੰ ਸਟੇਜ ਦੇ ਉੱਤੇ ਦਾਵਤ ਦਿਆਂਗਾ ਜਿਹਨੇ ਹਜ਼ਾਰਾਂ ਹੀ ਗੀਤ ਆਪਣੀ ਪੰਜਾਬੀ ਮਾਂ ਬੋਲੀ ਲਈ ਗਾਏ ਆਪਣੇ ਸੱਭਿਆਚਾਰ ਲਈ ਗਾਏ ਆਪਣੇ ਕਲਚਰ ਲਈ ਗਾਏ ਤੁਹਾਨੂੰ ਸ਼ਾਇਦ ਪਤਾ ਜਾਂ ਨਹੀਂ ਇਹਨਾਂ ਨੇ ਕੈਸੀ ਜੁਗਨੀ ਗਾਈ ਜੁਗਨੀ ਬਹੁਤ ਸਾਰੇ ਆਰਟਿਸਟਾਂ ਨੇ ਗਾਈ ਹੈ ਉਹ ਜੁਗਨੀ ਗਾਈ ਜਿਹਦਾ ਗਿਨੀਜ਼ ਬੁੱਕ ਦੇ ਵਿੱਚ ਰੈਕੋਰਡ ਹੈ ਇਹਨਾਂ ਦਾ ਔਰ ਇਹਨਾਂ ਨੂੰ ਇਨਾਮ ਮਿਲਿਆ ਰਿਵਾਰਡ ਮਿਲਿਆ ਇਹਨਾਂ ਨੇ ਐਸੇ ਐਸੇ ਗੀਤ ਗਾਏ ਜੋ ਕਿ ਨਾ ਹਿੰਦੁਸਤਾਨ ਨਾ ਪਾਕਿਸਤਾਨ ਪੂਰੇ ਵਰਲਡ ਦੇ ਵਿੱਚ ਛਾਏ ਹੋਏ ਨੇ ਹਾਲੇ ਵੀ ਬਹੁਤ ਸਾਰੇ ਕਲਾਕਾਰ ਇਹਨਾਂ ਦੇ ਗਾਏ ਹੋਏ ਗੀਤ ਗਾਉਂਦੇ ਨੇ ਜਿਨ੍ਹਾਂ ਨੇ ਹਜ਼ਾਰਾਂ ਹੀ ਫਿਲਮਾਂ ਦੇ ਵਿੱਚ ਗੀਤ ਗਾਏ ਔਰ ਹਜ਼ਾਰਾਂ ਹੀ ਟੇਪਾਂ CDs ਦੇ ਵਿੱਚ ਇਹਨਾਂ ਨੇ ਗੀਤ ਗਾਏ ਨੇ ਤੁਸੀਂ ਇਹਨਾਂ ਦੇ ਗੀਤਾਂ ਤੋਂ ਅੱਛੀ ਤਰ੍ਹਾਂ ਵਾਕਫ ਹੋ ਮੋਢੇ ਤੋਂ ਤਿਲਕਦਾ ਜਾਵੇ ਦੁਪੱਟਾ ਤੇਰਾ ਸੱਤ ਰੰਗ ਦਾ ਔਰ ਹਾਲ ਹੀ ਦੇ ਵਿੱਚ ਇਹਨਾਂ ਦਾ ਬਹੁਤ ਹੀ ਪਿਆਰਾ ਗੀਤ ਮਕਬੂਲ ਹੋਇਆ ਅਸੀਂ ਦੁਆ ਕਰਦੇ ਹਾਂ ਪਰਮਾਤਮਾ ਅੱਗੇ ਕਿ ਹਰ ਗੀਤ ਇਹਨਾਂ ਦਾ ਆਸਮਾਨ ਨੂੰ ਛੂਹੇ ਐਸਾ ਫਨਕਾਰ ਐਸਾ ਕਲਾਕਾਰ ਜੋ ਪੰਜਾਬ ਦੀ ਧਰਤੀ ਤੋਂ ਇੱਥੇ ਤਸ਼ਰੀਫ ਲਿਆਇਆ ਦਿਲ ਤਾਂ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ ਪਰ ਮੁੱਖੜਾ ਵੇਖ ਕੇ ਮਰ ਗਿਆ ਨੇ ਮੈਂ ਉਸ ਫਨਕਾਰ ਨੂੰ ਦਾਵਤ ਦਿਆਂਗਾ ਜਿਹਨੇ ਕਰੋੜਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਹੈ ਕਰੋੜਾਂ ਸਰੋਤਿਆਂ ਦੇ ਦਿਲਾਂ 'ਚ ਜਗ੍ਹਾ ਬਣਾਈ ਹੈ ਅੱਜ ਉਹ ਸਾਡੇ ਲੈਸਟਰ ਦੇ ਵਿੱਚ ਮੌਜੂਦ ਹੈ ਇਹ ਪਰਿਵਾਰਿਕ ਪ੍ਰੋਗਰਾਮ ਹੈ ਇਸ ਤੋਂ ਪਹਿਲਾਂ ਕਿ ਮੈਂ ਉਸ ਫਨਕਾਰ ਨੂੰ ਦਾਵਤ ਦਿਆਂ ਮੈਂ ਇੱਕ ਰਿਕੁਐਸਟ ਛੋਟੀ ਜਿਹੀ ਕਰਾਂਗਾ ਜਿਹੜੇ ਵੀਰ ਮੇਰੇ ਬਾਰ ਦੇ ਸਾਹਮਣੇ ਖੜ੍ਹੇ ਨੇ ਪਲੀਜ਼ ਅਗਰ ਉਹਨਾਂ ਨੇ ਆਪਣਾ ਡਰਿੰਕ ਲੈ ਲਿਆ ਤਾਂ ਥੋੜ੍ਹਾ ਜਿਹਾ ਇੱਧਰ ਹੋ ਜਾਓ ਕਿਉਂਕਿ ਬਹੁਤ ਸਾਰੇ ਦੋਸਤ ਕਹਿੰਦੇ ਨੇ ਸਾਨੂੰ ਬਹੁਤ ਪ੍ਰੋਬਲਮ ਹੋ ਰਹੀ ਹੈ ਉੱਥੇ ਪਹੁੰਚਣ ਤੱਕ ਅਗਰ ਤੁਸੀਂ ਡਰਿੰਕ ਲੈ ਲਿਆ ਤਾਂ ਪਲੀਜ਼ ਸਾਹਮਣੇ ਆ ਜਾਓ ਤੁਸੀਂ ਬੜੀ ਮਿਹਰਬਾਨੀ ਕਿਉਂਕਿ ਇਹ ਪਰਿਵਾਰਿਕ ਪ੍ਰੋਗਰਾਮ ਹੈ ਔਰ ਅਸੀਂ ਅੱਜ ਦਾ ਇਹ ਪ੍ਰੋਗਰਾਮ ਇੱਕ ਕਾਮਯਾਬ ਸ਼ਾਮ ਬਣਾਉਣੀ ਹੈ ਲਓ ਮੈਂ ਤੁਹਾਡਾ ਜ਼ਿਆਦਾ ਟਾਈਮ ਜ਼ਾਇਆ ਨਹੀਂ ਕਰਾਂਗਾ ਮੈਂ ਉਸ ਫਨਕਾਰ ਨੂੰ ਦਾਵਤ ਦਿਆਂਗਾ ਸਟੇਜ ਦੇ ਉੱਤੇ ਬੁਲਾਵਾਂਗਾ ਮੇਰੇ ਬਹੁਤ ਹੀ ਪਿਆਰੇ ਵੀਰ ਮੇਰੇ ਬਹੁਤ ਹੀ ਪਿਆਰੇ ਦੋਸਤ ਅਜ਼ੀਮ ਫਨਕਾਰ ਅਜ਼ੀਮ ਕਲਾਕਾਰ ਪੰਜਾਬ ਤੋਂ ਤਸ਼ਰੀਫ ਲਿਆਏ ਜਨਾਬ ਸੁਰਜੀਤ ਬਿੰਦ ਰੱਖਿਆ ਹਾਜ਼ਰੀਨ ਅੱਜ ਆਪਾਂ ਸਾਰੇ ਪਰਿਵਾਰ ਖਾਸ ਕਰਕੇ ਸਾਡੇ ਸਾਰੇ ਲੈਸਟਰ ਨਿਵਾਸੀ ਇਹ ਕਹਿ ਲਿਆ ਜਾਵੇ ਸਾਰੇ ਲੈਸਟਰ ਦੀ ਕਰੀਮ ਇੱਥੇ ਮੌਜੂਦ ਹੈ ਆਪਣੇ ਪਰਿਵਾਰ 'ਚ ਪ੍ਰੋਗਰਾਮ ਕਰਨ ਦਾ ਮਜ਼ਾ ਹੀ ਹੋਰ ਹੈ ਮੈਨੂੰ ਬਹੁਤ ਫਖਰ ਨਾਲ ਬਹੁਤ ਮਾਣ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਮੈਂ
एक गायक बन के नहीं, एक परिवारक मैंबर बन के तुहाडे चरणां दे विच आया वां, तुहाडी गोद च आया वां। मेरे वल्लों सारे परिवारां नूं, मेरे म्यूजिशनां वल्लों मोस्ट वेलकम जी आया नूं। सरसा नदी दियां लहरां सोचण ओ किंज दशमेश पिता नूं रोकण, ओ सरसा नदी दियां लहरां सोचण किंज दशमेश पिता नूं रोकण। छड आनंदपुर किधर चले पुछिए नूर इलाही नूं, ओ इक दूजी नूं रोना उस दिन सिखिया हो जदों आग फुटंदिया बनिया गुलाम फरीद। ऐ रोना उदों मुक सी हो जदों बच्चिया कुफंदिया तनी। लुक जावो लुक जावो तारियों साडे सज्जना मिलन सानू आउणा, वेख सानू वेख सानू ना हसियो असां रुसना ते सज्जना मनाउणा है। वेख सानू वेख सानू राणा भाजी साढ़े बटक मेरा बहुत प्यारा जहा वीर है कुलदीप, मैं तय दिनों शुक्रगुजार आपके वीर का बहुत। साढ़े मेठू भाजी मैं तय दिलों शुक्रगुजार हाँ बई। इतने मेरे सारे वीर आए हुए ने, परिवार सारे साढ़े अपने ने, नजर करे हजूर की गुजरा सज्जना तो असी अज दस्यो ना तारी होवे सज्जना तो असी अज दस्यो ना तारी होवे सज्जना तो असी अज दस्यो ना तारी होवे सज्जना तो असी अज भुला ना पता सतड़ी वाणा। लुक जावो तारियो साडे सज्जना मिलन सानू वाणा है। ਮਜ਼ਾ ਕਿਤੇ ਵਿੱਚ ਮਾਰੀ ਤੇਰੇ ਹਾਣੀ
ਮੇਰਾ ਸੋਣੀਏ ਨੀ ਹੁਣ ਛੱਡ ਦੇ ਮਜ਼ਾਜ ਗਿੱਧੇ ਵਿੱਚ ਮਾਰੀ ਤੇਰੇ ਹਾਣੀ ਨੇ ਆਵਾਜ਼ ਸੁਣ ਕੁੜੀਆਂ ਨੀ ਗਿੱਧੇ ਵਿੱਚ ਢੋਲ ਵੱਜਦਾ ਉਹ ਸੁਣ ਕੁੜੀਏ ਨੀ ਗਿੱਧੇ ਵਿੱਚ ਢੋਲ ਵੱਜਦਾ ਅੱਜ ਸੰਗਣੇ ਦਾ ਛੱਡ ਦੇ ਮਜ਼ਾਜ और हुण उस फनकार की वारी है उस कलाकार की वारी है जिन्होंने जनाब हुण 8 बजे तो लैके हुण तक तुहाडा मनोरंजन कर रहे हैं और हाले होर भी 40-50 घंटे उन्होंने गाउणा है क्योंकि वह थकते नहीं है। बहुत ही प्यारे मेरे वीर, मैं बेनती करांगा स्टेज ते वो आउण, अपना जो इनाम है रिवॉर्ड है साडे बजुर्गों तो हासिल कर। मैं तुहाडे अगे रिक्वेस्ट करांगा, जोरदार तालियां नाल स्वागत करो जनाब सुरजीत बिंद रखिया। और सुरजीत बिंद रखिया वास्ते साडे वीर हरविंदर गिल, मनजीत भाजी, कुलवंत भाजी, जिंदर भाजी, राणा साहब, होर उन्हां दे जिन्हें भी दोस्त ने इस टाइम, निर्मल भाजी जिन्हें भी दोस्त ने उन्हां वालों ये छोटा जा चैक उन्हां नूं साडे भाजी उन्हां नूं दिता जांदा है। 7,000 का चैक है, 7 लाख का। यार मेरा दिल करदा है आ तां मैं रख लवां, आ ठीक है तुहाडे लई, ठीक है। 7 लाख का चैक साढ़े भाजी सुरजीत बिंद रखिया लई साढ़े वीर वालों इस। हाँ नीर भाजी की मैं गल टोक रहा, 7 लाख का चैक तो मैं भाजी दे देना पर ना मेरे ते है फिर कोई फायदा नहीं है। तो ये साढ़े वीर वालों इन्हों दिता जाता है, प्लीज़ जोरदार तालियां। दोस्तों जदों कोई कलाकार फनकार इस दुनिया चो जाता है पिछे भावें अपने बच्चे या अपना परिवार रोंदा छड़ के जाता है, लेकिन उस परमात्मा जो मंजूर है उसकी रजा तो बगैर असी कुछ नहीं कर सकते। अज साडे सारे कलाकार भैन भरावां दा या उस आवाम दा जिहड़े उन्हां दे फैन सन उन्हां दे दोस्तां दा यह फर्ज बनता है कि असी रल के अपने अपने धर्म अनुसार दुआ करिए कि परमात्मा सच्चे पातशाह उसकी आत्मा नूं शांति देवे। और मैनूं उम्मीद है कि असी सब रल के अगर दुआ करांगे, अरदास करांगे तो उहदी आत्मा नूं जरूर शांति पहुँचेगी। असी आने वाले प्रोग्रामों के गाहे बगाहे कुछ होर भी झलकियां, कुछ होर उन्होंने गीत तुहाडी नज़र करांगे। वैसे तो उन्होंने बहुत सारे गीत प्यारे प्यारे गाए ने और असी चाहांगे कि आने वाले प्रोग्रामों के उन्होंने नाल तुहाडियां मुलाकातां जारी रखिए ताकि तुसी उन्होंने मिस ना करो। एक बार फिर उस फनकार नूं, उस आत्मा नूं मैं सल्यूट करदा जिन्हें अपनी पंजाबी माँ बोली लई, अपने पंजाबी कौम लई और अपने धर्म लई बहुत प्यारे प्यारे गीत, साफ सुथरे गीत गाए अते तुहाडा माण, तुहाडा प्यार, तुहाडा सत्कार खट्टिया। इस तरह असी दुआ करते हैं उन्हां फनकारां लई भी जिहड़े जा चुके ने पहलां जो इस दुनिया दे विचों, क्योंकि फन कला एक कुदरत दी देण और जो भी इंसान लैके आउंदा है या कुदरत जिहनूं दिंदी। मैनूं दिओ इजाजत, तुहानूं सब नूं प्यार भरी सत श्री अकाल, नमस्कार अते सलाम।